ਮੇਰਾ ਨਾਮ ਰਾਜਵੀਰ ਸਿੰਘ ਸੰਧੂ, ਪਿੰਡ ਝੁੱਕ ਸਰਕਾਰੀ, ਡਿਸਟ੍ਰਿਕਟ ਫਰੀਦਕੋਟ। ਅਸੀਂ ਕਰੀਬ 55 ਏਕੜ 'ਤੇ ਖੇਤੀ ਕਰਦੇ ਹਾਂ ਔਰ ਅਸੀਂ ਕਣਕ ਅਤੇ ਝੋਨਾ ਫਸਲਾਂ ਹੀ ਬੀਜਦੇ ਹਾਂ। ਕਰੀਬ 2 ਸਾਲ ਪਹਿਲਾਂ ਸਾਡਾ ਸੰਪਰਕ ਸਕੋਇਆ ਬਾਇਓ ਕੰਪਨੀ ਦੇ ਨੁਮਾਇੰਦਿਆਂ ਨਾਲ ਹੋਇਆ, ਤਾਂ ਜਿਨ੍ਹਾਂ ਨੇ ਸਾਨੂੰ ਆਪਣੀ ਕੰਪਨੀ ਦੇ ਪ੍ਰੋਡਕਟ ਬਾਰੇ ਦੱਸਿਆ, ਪੂਰੀ ਡਿਟੇਲ ਦੇ ਵਿੱਚ ਦੱਸਿਆ ਕਿ ਇਹ ਕਿੱਦਾਂ ਕੰਮ ਕਰਦਾ ਹੈ, ਤਾਂ ਅਸੀਂ ਉਹਨਾਂ ਦੇ ਪ੍ਰੋਡਕਟ ਯੂਜ਼ ਕਰਨੇ ਸ਼ੁਰੂ ਕੀਤੇ। ਸਕੋਇਆ ਬਾਇਓ ਕੰਪਨੀ ਦੇ ਪ੍ਰੋਡਕਟ ਯੂਜ਼ ਕਰਨ ਤੋਂ ਪਹਿਲਾਂ ਸਾਡਾ ਜਿਹੜਾ ਕਣਕ ਝੋਨੇ ਦਾ ਝਾੜ ਹੈਗਾ ਆਸੇ ਪਾਸੇ ਦੇ ਚੰਗੇ ਕਿਸਾਨਾਂ ਨਾਲੋਂ ਘੱਟ ਸੀਗਾ, ਪਰੰਤੂ ਇਹ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਸਾਡਾ ਝਾੜ ਉਹਨਾਂ ਨਾਲੋਂ ਵਧਿਆ ਅਤੇ ਓਵਰਆਲ ਜਿਹੜਾ ਹੈਗਾ 3-4 ਕੁਇੰਟਲ ਜਿਹੜਾ ਹੈਗਾ ਪ੍ਰਤੀ ਏਕੜ ਝਾੜ ਦੇ ਵਿੱਚ ਇਜਾਫਾ ਹੋਇਆ। ਇਸ ਪ੍ਰੋਡਕਟ ਦਾ ਖਰਚਾ ਦੋਨਾਂ ਫਸਲਾਂ 'ਤੇ, ਕਣਕ ਝੋਨੇ 'ਤੇ, ਕਰੀਬ 4000 ਰੁਪਏ ਆਉਂਦਾ ਹੈ। ਇਹ 4000 ਰੁਪਏ ਦਾ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਸਾਨੂੰ ਦੋਨਾਂ ਫਸਲਾਂ ਦੇ ਵਿੱਚ ਤਕਰੀਬਨ 11000 ਰੁਪਏ ਵੱਧ ਮੁਨਾਫਾ ਹੋਇਆ। ਇਸ ਦੇ ਨਾਲ ਸਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹਦੇ ਵਿੱਚ ਵੀ ਵਾਧਾ ਹੋਇਆ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਪਿਛਲੀ ਕਣਕ ਦੇ ਵਿੱਚ ਕਾਫੀ ਕਣਕਾਂ ਡਿੱਗ ਪਈਆਂ ਸੀ, ਪਰੰਤੂ ਸਾਡੀ ਕਣਕ ਲੋਕਾਂ ਦੇ ਮੁਕਾਬਲੇ ਘੱਟ ਡਿੱਗੀ ਅਤੇ ਝਾੜ ਵੀ ਵੱਧ ਮਿਲਿਆ। ਇਸ ਵਾਰ ਵੀ ਝੋਨੇ ਦੇ ਵਿੱਚ ਸ਼ੀਤ ਬਲਾਈਟ ਅਤੇ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਦਾ ਹਮਲਾ ਹੋਇਆ ਹੈ, ਪਰੰਤੂ ਸਾਡੇ ਝੋਨੇ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਔਰ ਝਾੜ ਪੂਰਾ ਵਧੀਆ ਰਿਹਾ ਹੈ। ਹਾਂਜੀ, ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਫਸਲ ਹੈਗੀ ਹੈ ਮੇਰੇ ਗੁਆਂਢੀ ਕਿਸਾਨ ਦੀ ਹੈ, ਤਾਂ ਜ਼ਮੀਨ ਸਾਰੀ ਇੱਕੋ ਜਿਹੀ ਹੈਗੀ ਹੈ, ਇੱਕੋ ਜਿਹੀ ਸੇਵਾ ਕਰਦੇ ਨੇ, ਬਟ ਇਹਨਾਂ ਦੀ ਜਿਹੜੀ ਫਸਲ ਹੈਗੀ ਹੈ ਇਹਦੀਆਂ ਮੁੰਜਰਾਂ ਦਾਣੇ ਵੀ ਕਾਲੇ ਨੇ, ਕਾਫੀ ਵਿੱਚ ਫੋਕ ਹੈਗੀ ਹੈ, ਖਾਲੀ ਦਾਣੇ ਨੇ ਔਰ ਝੋਨਾ ਡਿੱਗਿਆ ਵੀ ਹੈਗਾ, ਦੇਖੋ ਡੈਮੇਜ ਹੋ ਰਿਹਾ ਹੈਗਾ। ਮੈਂ ਖੇਤ ਦੇ ਵਿੱਚੋਂ ਇੱਕ ਮੁੰਜਰ ਲੈ ਰਿਹਾ, ਇਸ ਤੋਂ ਬਾਅਦ ਆਪਣੇ ਖੇਤ ਦੇ ਵਿੱਚ ਜਾ ਕੇ ਇੱਕ ਮੁੰਜਰ ਲੈ ਕੇ ਉਹਦਾ ਕੰਪੈਰੀਜ਼ਨ ਕਰਾਂਗੇ। ਹੁਣ ਜਿਹੜਾ ਆਪਣੇ ਖੇਤ ਦੇ ਵਿੱਚ ਜਿੱਥੇ ਸਕੋਇਆ ਬਾਇਓ ਦਾ ਸਟੈਪ ਸਿਸਟਮ ਯੂਜ਼ ਕੀਤਾ ਹੈਗਾ ਉਹਦੀ ਮੁੰਜਰ ਤੁਹਾਨੂੰ ਦਿਖਾ ਰਿਹਾ, ਇਹਦੇ ਵਿੱਚ ਫਰਕ ਜਿਹੜਾ ਹੈਗਾ ਤੁਹਾਨੂੰ ਆਪਣੇ ਆਪ ਨਜ਼ਰ ਆਵੇਗਾ। ਇਹ ਜਿਹੜੇ ਮੇਰੇ ਖੱਬੇ ਹੱਥ ਦੇ ਵਿੱਚ ਆ, ਮਾਈਕ ਵਾਲੇ ਹੱਥ ਦੇ ਵਿੱਚ, ਇਹ ਮੇਰੇ ਖੇਤ ਦੀ ਮੁੰਜਰ ਹੈਗੀ ਹੈ ਜਿੱਥੇ ਬਾਇਓ ਪ੍ਰੋਡਕਟ ਜਿਹੜਾ ਸਟੈਪ ਸਿਸਟਮ ਯੂਜ਼ ਕੀਤਾ ਗਿਆ, ਔਰ ਸੱਜੇ ਹੱਥ ਵਾਲੀ ਜਿਹੜੀ ਮੁੰਜਰ ਹੈਗੀ ਹੈ ਇਹ ਦੂਸਰੇ ਖੇਤ ਦੀ ਹੈ, ਜਿਹਦੇ ਵਿੱਚ ਕਾਫੀ ਦਾਣੇ ਕਾਲੇ ਨੇ ਔਰ ਖਾਲੀ ਵੀ ਨੇ, ਯਾਨੀ ਕਿ ਫੋਕ ਹੈਗੀ ਇਹਦੇ ਵਿੱਚ ਸਾਈਜ਼, ਔਰ ਉਹਦੀ ਜਿਹੜੀ ਕੁਆਲਿਟੀ ਅਤੇ ਚਮਕ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਹੈਗਾ। ਅਸੀਂ ਝੋਨੇ ਦੇ ਨਾਲ ਨਾਲ ਬਾਸਮਤੀ ਦੀ ਵੀ ਕਾਸ਼ਤ ਕਰਦੇ ਆ ਰਹੇ ਹਾਂ ਕਾਫੀ ਸਮੇਂ ਤੋਂ, ਬਟ ਪਿਛਲੇ 2 ਸਾਲ ਤੋਂ ਜਦੋਂ ਤੋਂ ਸਕੋਇਆ ਬਾਇਓ ਪ੍ਰੋਡਕਟ ਯੂਜ਼ ਕਰਨੇ ਸ਼ੁਰੂ ਕੀਤੇ ਆ, ਉਦੋਂ ਤੋਂ ਸਾਡੀ ਜਿਹੜੀ ਬਾਸਮਤੀ ਜ਼ਿਆਦਾਤਰ 11-21 ਲਾਉਣੇ ਅਸੀਂ, ਔਰ ਉਹਦੇ ਵਿੱਚ ਬੜਾ ਉਹਦੀ ਕੁਆਲਿਟੀ ਦੇ ਵਿੱਚ ਅਤੇ ਉਹਦੇ ਝਾੜ ਦੇ ਵਿੱਚ ਬੜਾ ਸੁਧਾਰ ਹੋਇਆ। ਇਸ ਵਾਰ ਜਿਹੜੀ ਹੈਗੀ ਅਸੀਂ ਕਰੀਬ 10 ਏਕੜ ਬਾਸਮਤੀ ਲਾਈ ਹੈ ਔਰ ਸਾਰੀ ਦੀ ਸਾਰੀ ਬਹੁਤ ਵਧੀਆ ਔਰ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਖੜੀ ਹੈਗੀ। ਇਹ ਬਾਇਓ ਪ੍ਰੋਡਕਟ ਯੂਜ਼ ਕਰਨ ਦੇ ਨਾਲ ਕਿਸੇ ਕਿਸਮ ਦੀ ਕੋਈ ਵੀ ਬਿਮਾਰੀ ਜਿੱਦਾਂ ਫੁੱਟ ਰੋਟ ਜਾਂ ਨੈੱਕ ਬਲਾਸਟ ਜਾਂ ਕੋਈ ਹੋਰ ਬਿਮਾਰੀਆਂ ਆਉਂਦੀਆਂ ਨੇ, ਬਿਲਕੁਲ ਕੋਈ ਬਿਮਾਰੀ ਨਹੀਂ ਆਈ, ਔਰ ਕੋਈ ਐਕਸਟਰਾ ਅਸੀਂ ਹੋਰ ਇਹਦੇ 'ਤੇ ਕੋਈ ਕਿਸੇ ਕਿਸਮ ਦਾ ਜ਼ਿਆਦਾਤਰ ਸਪਰੇਅ ਜਾਂ ਕੋਈ ਹੋਰ ਕੋਈ ਚੀਜ਼ ਯੂਜ਼ ਨਹੀਂ ਕੀਤੀ, ਸਿੰਪਲ ਯੂਰੀਆ ਅਤੇ ਉਸ ਤੋਂ ਬਾਅਦ ਜਿਹੜੇ ਇਹ ਪ੍ਰੋਡਕਟ ਇਹ ਯੂਜ਼ ਕੀਤੇ ਹੈ। ਮੈਂ ਆਪਣੇ ਬਾਕੀ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਕੰਪਨੀ ਦੇ ਪ੍ਰੋਡਕਟ ਬਹੁਤ ਵਧੀਆ ਹਨ, ਇਹਨਾਂ ਨੂੰ ਯੂਜ਼ ਕਰੋ ਅਤੇ ਆਪਣਾ ਵਧੀਆ ਝਾੜ ਲਓ ਅਤੇ ਵੱਧ ਤੋਂ ਵੱਧ ਨਫ਼ਾ ਕਮਾਓ।